ਦੋਸਤੋ ਕੀ ਹਾਲ ਚਾਲ ਹੈ ਜਨਾਬ, ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅੱਜ ਗੁਲਾਮ ਅਹਿਮਦ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕਰ ਲੈਣਾ ਕਲਿੱਕ ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਭਰਾਵਾਂ ਤੀਕਰ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਮਾਸ਼ਾਅੱਲਾ ਇੱਕ ਪਹਿਲਨ ਚੋਟੀ ਦੀ ਵੀਡੀਓ ਲੈ ਕੇ ਆਇਆ, ਬੜੀ ਖੂਬਸੂਰਤ ਲਾਜਵਾਬ ਜਨਾਬ, ਨੀਲੀ ਦਾ ਅਨਮੋਲ ਤੋਹਫਾ। ਬਾਕੀ ਮੇਰਾ ਕੈਮਰਾਮੈਨ ਇਨਸ਼ਾਅੱਲਾ ਮੇਰੇ ਵੀਰਾਂ ਨੂੰ ਤਸੱਲੀਆਂ ਨਾਲ ਚੈੱਕ ਕਰਵਾਏਗਾ, ਬਾਕੀ ਮੇਰੇ ਵੀਰਾਂ ਨੇ ਇਨਸ਼ਾਅੱਲਾ ਤਸੱਲੀ ਕਰ ਲੈਣੀ ਹੈ ਅੱਲਾ ਦੇ ਫਜ਼ਲੋ ਕਰਮ ਨਾਲ। ਝੋਟੀ ਨੂੰ ਥਣ ਬੜਾ ਪਿਆਰਾ ਲੱਗਿਆ ਮਾਸ਼ਾਅੱਲਾ, ਪੂਰੀ ਜਨਾਬ ਫੁੱਟ ਫੁੱਟ ਤੇ ਵਿਰਲ, ਮੁੱਠ ਮੁੱਠ ਦਾ ਥਣ, ਥੱਪੇ ਦਾ ਹਵਾਨਾ ਪੰਡਾ ਵਾਲਾ ਸਮਝ ਲਓ, ਥੱਪੇ ਦਾ ਸਮਝ ਲਓ। ਬਾਕੀ ਜਨਾਬ ਹਵਾਨੇ ਦੀ ਗਾੜੀ ਪਛਾੜੀ ਤਸੱਲੀ ਕਰਵਾਉਣੀ ਹੈ ਵੀਰਾਂ ਨੂੰ। ਮਾਝ ਦਾ ਕੱਦ ਝੋਟੀ ਦਾ ਮਾਸ਼ਾਅੱਲਾ ਚੰਗਾ, ਲਾਂਭ ਚੰਗੀ। ਬਾਕੀ ਜਨਾਬ ਚਾਰੇ ਖੋਰ ਇੱਕੋ ਜਿਹਾ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ। ਝੋਟੀ ਦਾ ਮਾਸ਼ਾਅੱਲਾ ਖੁੱਡਾ ਪੁੱਠਾ ਢਾਕ ਕੈਮਰੇ ਨਜ਼ਰ ਹੈ, ਇੱਕ ਹੱਡੀ ਮਾਸ਼ਾਅੱਲਾ ਕੁਹਾੜਾ ਹੱਡੀ, ਬਾਕੀ ਜਨਾਬ ਹੱਡੀ ਬੜੀ ਖੂਬਸੂਰਤ ਹੈ। ਭਾਈ ਸਾਹਿਬ ਮੈਂ ਜਾਂ ਸਿਰ ਵੀ ਵੇਖੋ, ਅੱਗੋਂ ਛਤਰੀ ਜਨਾਬ ਅੱਗੋਂ ਜਿਵੇਂ ਕੱਟੀ ਹੁੰਦੀ ਹੈ, ਇੱਕੋ ਜੀ ਅੱਖ, ਬਾਕੀ ਜਨਾਬ ਕੱਦ ਲਾਮ ਮੂੰਹ ਛਿੱਕੀ ਹੋ ਦੀ ਨਜ਼ਰ ਹੈ। ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾ ਨਸੀਬ ਦੇ, ਹਮੇਸ਼ਾ ਕੋਸ਼ਿਸ਼ ਕਰਕੇ ਆਪਣੇ ਭਰਾਵਾਂ ਵਾਸਤੇ ਜਾਨਵਰ ਇਨਸ਼ਾਅੱਲਾ ਆਪਣੇ ਚੈਨਲ ਦੀ ਜ਼ੀਨਤ ਹੁੰਦੇ ਨੇ। ਮਾਸ਼ਾਅੱਲਾ ਤੁੰਨੀ ਕੌੜੀ ਦਾ ਨਿਸ਼ਾਨ ਕੋਣੀ, ਚਾਰ ਸ਼ੇਰ ਮਾਸ਼ਾਅੱਲਾ ਝੋਟੀ ਲਾਜਵਾਬ ਹੈ ਅੱਲਾ ਦੇ ਫਜ਼ਲੋ ਕਰਮ ਨਾਲ। ਬਾਕੀ ਜਨਾਬ ਹੱਡੀ ਇੱਕ ਮਾਸ਼ਾਅੱਲਾ, ਪੂਰੇ ਜਨਾਬ ਸ਼ੌਕੀਨ ਝੋਟੀ। ਬਾਕੀ ਜਨਾਬ ਕਦੋਂ ਸੂਈ ਹੈ, ਕਿੰਨੇ ਦਿਨ ਹੋਏ ਨੇ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ ਅੱਲਾ ਦੇ ਫਜ਼ਲੋ ਕਰਮ ਨਾਲ। ਅੱਜ ਸਾਹਿਬ ਥੋੜਾ ਜਿਹਾ ਅੱਗੇ ਆਓ ਸਾਡੇ ਕੋਲ, ਹਾਂਜੀ ਅੱਜ ਸਾਹਿਬ ਇੱਥੇ ਮੇਰੇ ਕੈਮਰੇ ਨਜ਼ਦੀਕ ਹੋ ਜਾਓ ਤਾਂ ਕਿ ਹਾਂਜੀ ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ ਸਾਹਿਬ। ਲਓ ਜਨਾਬ ਸਭ ਤੋਂ ਪਹਿਲੇ ਦੱਸਣਾ ਕਿ ਝੋਟੀ ਆਪਣੀ ਕਿੰਨਵਾਂ ਸੂਆ ਸੂਈ ਹੈ? ਪਹਿਲਾ ਸੂਆ ਬਾਈ, ਪਹਿਲਾ ਪਹਿਲਨ ਝੋਟੀ, ਪਹਿਲਨ ਝੋਟੀ। ਤੇ ਕਦੋਂ ਸੂਈ ਜਨਾਬ? ਅੱਜ ਤੀਸਰਾ ਦਿਨ ਸੂਈ। ਅੱਜ ਤਿੰਨ ਦਿਨ ਹੋ ਗਏ ਨੇ? ਤਿੰਨ ਦਿਨ ਸੂਈ ਖੜੀ ਥਣਾ ਵਿੱਚ, ਕੋਈ ਘਾਟਾ ਵਾਧਾ? ਆਪਣੀ ਗਰੰਟ ਬਾਈ, ਇਹ ਸੂਈ ਮੈਂ ਤਾਂ ਘਾਟਾ ਵਾਧਾ ਤੱਕ ਅਗਲਾ ਚੋਵੇ ਆਵੇ ਚੋ ਕੇ ਲਿਜਾਵੇ, ਠੀਕ ਹੋ ਗਿਆ। ਤੁਸੀਂ ਲੈਂਦੇ ਹੋ, ਤੁਸੀਂ ਆਪਦਾ ਧਾਰਾ ਮਾਰ ਕੇ ਪਾਸ ਕਰਿਆ ਕਰੋ, ਮੈਂ ਇਹਨੂੰ ਪਾਸ ਕਰਦੇ, ਹਾਂਜੀ ਆਪਦੀ ਤਸੱਲੀ ਕਰਕੇ ਮੈਂ ਇਹਨੂੰ ਲਿਜਾ ਕਰੋ। ਆਪਣੀ ਅਰਸ਼ਾ ਦੀ ਗਰੰਟੀ ਬਾਈ, ਪਿੱਛੇ ਦੀ ਗਰੰਟੀ ਹੈ, ਥਣ ਦੇ ਵਾਧੇ ਘਾਟੇ ਦੀ ਆਪਣੀ ਗਰੰਟੀ ਹੈ, ਹਰ ਕਿਸਮ ਦੀ ਗਰੰਟੀ, ਹਰ ਕਿਸਮ ਦੀ ਗਰੰਟੀ, ਖਾਣ ਪੀਣ ਦੀ, ਕਿਸੇ ਕਿਸਮ ਦਾ ਘਾਟਾ ਵਾਧਾ? ਆਹ ਬਾਈ ਤੇਰੇ ਖਾਣ ਪੀਣ ਤੇਰੇ ਸਾਹਮਣੇ, ਮੈਂ ਖਾਦੀ ਵੇਖ ਲਾ ਕਿਵੇਂ ਖਾਂਦੀ ਪੀਂਦੀ ਹੈ। ਇਹ ਤਿੰਨ ਦਿਨ ਹੋ ਗਏ ਨੇ ਸੂਈ ਨੂੰ, ਹਾਂਜੀ ਜਨਾਬ। ਇਹਦੇ ਥੱਲੇ ਇਸ ਟਾਈਮ ਹਾਜ਼ਰ ਮੌਕੇ, ਹਾਜ਼ਰ ਮੌਕੇ ਤੇ ਬਾਈ ਸਾਰਾ ਦੁੱਧ ਜਿਹੜਾ ਚੋਵੇ ਤਾਂ 12 ਲੀਟਰ ਦੁੱਧ ਚੋਵਾਂਗਾ। ਅੱਛਾ, ਹਾਂਜੀ ਹਾਜ਼ਰ ਟਾਈਮ ਤਿੰਨਾਂ ਦਿਨਾਂ ਦੀ ਸੂਈ ਹੋ, ਹਾਜ਼ਰ ਟਾਈਮ ਕਿੰਨਾ ਦੁੱਧ ਚੋਵਾਂਗਾ? 12 ਲੀਟਰ, 12 ਲੀਟਰ ਪੱਕੀ ਗੱਲ, 12 ਲੀਟਰ ਬਾਈ ਬਿਆਨਾ ਕਰਾ ਦਈਏ, ਚੋਵਾਈ ਦੋ ਟਾਈਮ ਚੋਵੇ, ਟਾਈਮ ਤੋਂ ਟਾਈਮ, ਟਾਈਮ ਤੋਂ ਹੋਰ ਟਾਈਮ ਤੋਂ ਟਾਈਮ ਚੋਵੇ ਚਵਿੰਦੀ ਹੁੰਦੀ ਮੱਝ, ਠੀਕ ਹੋ, ਹਾਂਜੀ ਸਾਰੀ ਮੈਂ ਚੋਵੋ 12 ਲੀਟਰ ਦੁੱਧ ਚੋਵਾਂਗਾ ਤਿੰਨਾਂ ਦਿਨਾਂ ਦੀ ਸੂਈ ਹੋ। ਬਾਕੀ ਮੈਲਾ ਸ਼ੇਲਾ ਸੱਟੇ ਕਿੰਨਾ ਦੁੱਧ ਕਰਦੀ ਰਹੀ? ਅੱਲਾ ਤੋਂ ਕੋਈ ਜਿਵੇਂ ਮੈਂ ਟੁਰੀ ਜਾਂਦੀ, ਮੈਂ ਕਰਾਂਗੇ 17-18 ਕਿਲੋ, 17-18 ਲੀਟਰ, ਹਾਂਜੀ ਜਿਵੇਂ ਝੋਟੀ ਟੁਰੀ ਜਾਂਦੀ ਦੁੱਧ ਤੋਂ, ਹਾਂਜੀ ਟੁਰੀ ਹੈ ਜਿਵੇਂ, ਨਹੀਂ ਤਾਂ ਤਿੰਨਾਂ ਦਿਨਾਂ ਦੀਆਂ ਪਹਿਲਾਂ 2 ਸਿਰ ਦਿੰਦੀਆਂ ਹੁੰਦੀਆਂ, ਕਹਿਣ ਨੂੰ ਲੋਕ ਕਹੀ ਜਾਂਦੇ ਨੇ, ਕਹਿਣ ਨੂੰ ਲੋਕ ਕਹਿੰਦੇ ਰਹਿੰਦੇ ਨੇ। ਅੱਛਾ, ਤਿੰਨਾਂ ਚੋਂ ਦਿਨਾਂ ਦੀ ਚੂਈ ਸੂਈ ਪਹਿਲਾਂ ਝੋਟੀ 2 ਸਿਰ 2.5 ਸਿਰ ਦੁੱਧ ਦਿੰਦੀ ਹੈ ਟਾਈਮ ਦਾ, ਤੇ ਮੈਂ ਅੱਲਾ ਮੈਂ ਤੈਨੂੰ 6 ਸਿਰ ਟਾਈਮ ਦਾ ਚੋਊਂਗਾ ਪਹਿਲਾਂ ਝੋਟੀ ਕੋਲੋਂ। ਅੱਛਾ, ਗੱਲਾਂ ਪੱਕੀਆਂ ਕਰਨੀਆਂ ਨੇ, ਮੇਰੀ ਗੱਲ ਸੁਣੋ, ਕੋਈ ਵੀਰ ਭਰਾਵੇ ਪਾਉਂਡ ਦੁੱਧ ਦੀ ਜਿਹੜੀ ਗਰੰਟੀ ਦੇਈ ਜਾਂਦੇ ਆ ਸਾਹਿਬ, ਮੈਂ ਜਿਹੜੇ ਦੁੱਧ ਤੈਨੂੰ ਕਹੀ ਜਾਣਾ ਮੈਂ ਕੈਮਰੇ 'ਚ ਕਹੀ ਜਾਣਾ, ਕਿਉਂਕਿ ਤਿੰਨਾਂ ਦਿਨਾਂ ਦੀ ਸੂਈ ਹੈ, ਮੈਂ ਰਿਕਾਰਡ 'ਚ ਕਹਿਣਾ ਪਿਆ ਕੱਚੀ ਤਿੰਨਾਂ ਦਿਨਾਂ ਦੀ ਮੈਂ ਸੂਈ ਹੈ। ਅੱਛਾ, ਤੂੰ 6 ਸਿਰ ਟਾਈਮ ਦਾ ਝੋਲਾ ਸੌਦਾ ਕਰ ਲੈ, 6 ਸਿਰ ਦੇਵੇ ਤਾਂ ਤੇਰੀ, ਨਹੀਂ ਤਾਂ ਮੇਰੀ, ਠੀਕ ਹੋ ਗਿਆ, ਹਾਂਜੀ 6 ਸਿਰ ਡੰਗਰਾਂ ਦੇ ਤਾਂ ਤੇਰੀ, ਘੱਟਾ ਮਗਰ ਘੱਟਾ ਉਹ ਪਿਆ, ਇੱਧਰ ਨਿਕਿਆ ਲੈ ਕੇ ਆ, ਘੱਟਾ ਉਹ ਪਿਆ, ਘੱਟਾ ਉਹ ਪਿਆ, ਇੱਧਰ ਲੈ ਕੇ ਆ, ਘੱਟਾ ਲਿਆ ਨਾ, ਖੜੀ ਰਹਿੰਦੇ ਨਿੱਕਾ ਕੱਟਾ ਨਜ਼ਦੀਕ ਕਰ। ਅੱਛਾ ਜਨਾਬ, 6-3 ਦਿਨ ਹੋ ਗਏ ਨੇ ਸੂਈ ਨੂੰ, ਮਗਰ ਕੱਟਾ, ਮਗਰ ਕੱਟਾ ਆਈ ਸਮਝ ਦੁੱਧ ਦੀ ਗਰੰਟੀ, ਹਾਂਜੀ। ਤੇ ਗੱਲ ਹੁਣ ਇਸ ਤਰ੍ਹਾਂ ਦੀ ਹੈ ਆਜ ਸਾਹਿਬ, ਕੋਈ ਲੈਣੇ ਦੇਣੇ ਗੱਲ ਕਰੀ ਤਾਂ ਕਿ ਮੇਰੇ ਕਿਸੇ ਵੀਰ ਨੂੰ ਜਨਾਬ ਉਹ ਬੱਚਾ ਵਿਖਾ ਸਮਝ ਆਵੇ, ਵਾਕਈ ਜਨਾਬ
ਗੁਲਾਮ ਅਹਿਮਦ ਟੀਵੀ ਦੇ ਮੁੱਲ ਹੁੰਦੇ ਨੇ ਅੱਲਾ ਦੇ ਫਜ਼ਲ ਕਰਮ ਨਾਲ, ਵਿਕਰ ਵੇਚਣ ਵਾਸਤੇ ਹੁੰਦੇ ਨੇ, ਇਹ ਨਹੀਂ ਵੀ ਸ਼ੌਪ ਪਰ ਹੁੰਦੇ ਨੇ। ਹੁਣ ਇਹਦੇ ਪੱਕੇ ਜੇ ਪੈਸੇ ਦੱਸਣੇ ਜਿਹੜੇ ਆਪਾਂ ਲੈਣੇ ਨੇ ਪੱਕੇ ਜੇ ਦੱਸਿਆ, ਇੱਕੋ ਗੱਲ ਹੈ, ਇੱਕੋ ਹੀ ਗੱਲ ਕਰ। ਬਾਕੀ ਪਿਆਰ ਮੁਹਬਤ ਕਰੋ, ਪਿਆਰ ਮੁਹਬਤ ਆਈ ਸਾਹਿਬ ਲਾਜ਼ਮੀ ਕਰੋ, ਕਿਉਂਕਿ ਸਫ਼ਰ ਬੜਾ ਸਾਡਾ। ਯਕੀਨ ਕਰ ਜੋ ਚੰਗੀ ਝੋਟੀ ਦਾ ਸੁਣ ਕੇ ਅਸੀਂ ਆਏ ਆ। 10,000 ਰੁਪਇਆ ਤੁਹਾਨੂੰ ਛੱਡ ਦਿਆਂਗਾ ਜੀ, 10,000 ਥੋੜਾ, ਹੋਰ 5,000 ਛੱਡ ਦਿਆਂਗਾ, ਅਜੇ ਵੀ ਥੋੜਾ। ਹੁਣ ਹੁਣ ਫਾਈਨਲ ਦੱਸੋ, ਇੱਕੋ ਜਿਹਨੇ ਸੌਵ ਘੱਟ ਨੀ ਕਰਨਾ, ਇੱਕੋ ਹੀ ਗੱਲ ਕਰ ਰਿਹਾ ਸਾਹਿਬ, ਮੈਂ ਦੁਬਾਰਾ ਨੀ ਤੁਹਾਨੂੰ ਆਉਂਦਾ, ਦੁਬਾਰਾ ਨਾ ਆਖੀ ਫਿਰ ਮੈਨੂੰ ਨਹੀਂ ਆਖਦਾ। 4,50,000 ਰੁਪਏ ਦੀ ਝੋਟੀ ਦਿਆਂਗਾ, 4,50,000, 4,50,000, ਠੀਕ ਹੋ ਗਿਆ, ਸੋਹਣੀ ਗੱਲ ਕੀਤੀ ਆ। ਲਓ ਜਨਾਬ 4,50,000 ਰੁਪਇਆ, ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਝੋਟੀ ਇਨਸ਼ਾਲਾ ਤਸੱਲੀਆਂ ਕਰਵਾ ਰਿਹਾ, ਬਾਕੀ ਜਨਾਬ ਭਰਾਵਾਂ ਨੇ ਇਨਸ਼ਾਲਾ ਤਸੱਲੀ ਕਰ ਲੈਣੀ ਹੈ। ਪਹਿਲਣ ਝੋਟੀ ਹੈ, 3 ਦਿਨ ਹੋ ਗਏ ਨੇ ਸੂਈ ਨੂੰ, ਮਗਰ ਕੱਟਾ 4,50,000। ਫਾਈਨਲ ਰੇਟ ਤੁਹਾਨੂੰ ਦੱਸਿਆ ਹੋਣਾ, ਇਹਦੇ ਵਿੱਚ ਫੇਰ ਮੌਕੇ ਤੇ ਆ ਕੇ ਤੂੰ ਫੇਰ ਆਖਿਆ ਹੁਣ ਫੇਰ ਪਿਆਰ ਮੁਹੱਬਤ ਕਰ, ਫੇਰ ਨੀ ਹੋਣਾ ਕੁਛ ਵੀ। ਹੁਣ ਕੋਈ ਦੀਦ ਲਿਆ ਤੇ ਰੱਖੇ ਹੋਣਾ, ਕਸਮ ਤੇ ਖਾਧੀ ਜਾਂਦੀ, ਉਹਨੇ ਕਸਮ ਨੀ ਖਾਧੀ ਜਾਂਦੀ ਅੱਜ ਸਾਹਿਬ। ਹਾਂਜੀ, ਤੈਨੂੰ ਦੁੱਧ ਦੱਸਿਆ, ਤੈਨੂੰ ਦੁੱਧ 12 ਫਿਰ ਜਾਊਂਗਾ ਮੈਂ। ਹੋਰ ਪੈੜੇ ਤੇ ਟੁਰਦੇ ਨੇ, ਲੋ ਜਨਾਬ ਟੁਰਦੀ ਫਿਰਦੀ ਇਨਸ਼ਾਲਾ ਕੈਮਰੇ ਮੇਰੇ ਦੀ ਨਜ਼ਰ ਵਿੱਚ ਹੈ, ਤਾਂ ਕਿ ਵੀਰਾਂ ਨੂੰ ਸਮਝ ਆਵੇ। ਇਹ ਮਗਰ ਕੱਟਾ ਮਾਸ਼ਾਅੱਲਾ, ਇਹ ਕੱਟਾ ਹੀ ਮਗਰ, ਸਫੈਦ ਚਿੱਟੀ ਮਾਸ਼ਾਅੱਲਾ, ਕੱਟੇ ਦੀ ਅੱਖ, ਮੱਥਾ ਸਫੈਦ, ਅੱਲਾ ਦੇ ਫਜ਼ਲੋ ਕਰਮ ਨਾਲ ਮਾਸ਼ਾਅੱਲਾ। ਤਾਂ ਦੇ ਪਸੇ ਐ ਟੁਰਦੀ ਮੈਂ ਵਿਖਾ ਤੇ ਆਪਣੇ ਚੈਨਲ ਜਨਾਬ ਸ਼ੇਅਰ ਕਰਨਾ, ਲਾਈਕ ਕਰਨਾ, ਨੰਬਰ ਜਨਾਬ ਡਿਸਕ੍ਰਿਪਸ਼ਨ ਦੇ ਵਿੱਚ, ਮਿਲਾਂਗੇ ਅਗਲੀ ਵੀਡੀਓ ਨਾਲ, ਅੱਲਾ ਨਿਗਹਬਾਨ। ਪਾਕਿਸਤਾਨ।